ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਸਿੰਘ ਔਲਖ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਰਕ ਪਰਮਿਟ ਬਾਰੇ ਕੈਨੇਡਾ ਦੇ ਵਰਕ ਪਰਮਿਟ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ ਕੈਨੇਡਾ ਦੇ ਵਰਕ ਪਰਮਿਟ ਲੈਣ ਸਮੇਂ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੁਝ ਲੋਕ ਕੈਨੇਡਾ ਦੇ ਵਰਕ ਪਰਮਿਟ ਲੈਣ ਲੱਗੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਕੁਝ ਲੋਕ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਆਪਣੇ ਜਾਲ ਵਿੱਚ ਫਸਾ ਕੇ ਤੁਹਾਨੂੰ ਨੌਲੇਜ ਨਾ ਹੋਣ ਕਰਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਅੱਜ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਰਕ ਪਰਮਿਟ ਬਾਰੇ ਕੈਨੇਡਾ ਦੇ ਵਰਕ ਪਰਮਿਟ ਵਿੱਚ ਤੁਹਾਡੀ ਕੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਤੁਹਾਡੀ ਕਿੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਸਾਰਾ ਆਪਾਂ ਅੱਜ ਵਿਸਤਾਰ ਵਿੱਚ ਗੱਲ ਕਰਾਂਗੇ ਕੈਨੇਡਾ ਨੇ ਵਰਕ ਪਰਮਿਟ ਨੂੰ ਕੈਟਾਗਰੀ ਵਾਈਜ਼ ਵੰਡਿਆ ਹੋਇਆ ਹੈ ਏ ਓ ਬੀ ਅਤੇ ਸੀ ਏ ਓ ਕੈਟਾਗਰੀ ਵੱਡੇ ਪੱਧਰ ਦੀਆਂ ਕੈਟਾਗਰੀਜ਼ ਆਉਂਦੀਆਂ ਹਨ ਜਿਨ੍ਹਾਂ ਵਿੱਚ ਆਫਿਸਰਸ ਆ ਜਾਂਦੇ ਨੇ ਡਾਕਟਰਸ ਆ ਜਾਂਦੇ ਆ ਮੈਨੇਜਿੰਗ ਡਾਇਰੈਕਟਰ ਡਾਇਰੈਕਟਰ ਮੈਨੇਜਰ ਸੀ ਈ ਓ ਵਗੈਰਾ ਦੂਸਰੀ ਬੀ ਕੈਟਾਗਰੀ ਹੈ ਬੀ ਕੈਟਾਗਰੀ ਦੇ ਵਿੱਚ ਫਾਰਮ ਦੇ ਜੋ ਸੁਪਰਵਾਈਜ਼ਰਸ ਨੇ ਜਾਂ ਕੁੱਕ ਨੇ ਡਰਾਈਵਰਸ ਨੇ ਜੋ ਡਿਪਲੋਮਾ ਹੋਲਡਰਸ ਨੇ ਉਹ ਬੀ ਕੈਟਾਗਰੀ ਦੇ ਵਿੱਚ ਆ ਜਾਂਦੇ ਹਨ ਕੁਝ ਹੋਰ ਵੀ ਅਤੇ ਸੀ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਫਾਰਮ ਵਰਕਰ ਜਾਂ ਜੋ ਫਾਰਮ ਦੇ ਨਾਲ ਰਿਲੇਟਡ ਕੰਮ ਕਰਦੇ ਹਨ ਉਹ ਆ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਫੈਮਲੀ ਦੇ ਨਾਲ ਕੈਨੇਡਾ ਸ਼ਿਫਟ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਹਾਡੇ ਨੂੰ ਬੀ ਕੈਟਾਗਰੀ ਚੂਜ਼ ਕਰਨੀ ਪਏਗੀ ਬੀ ਕੈਟਾਗਰੀ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਹਾਨੂੰ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਓਵਰਆਲ 6 ਬੈਂਡ ਹੋਣੇ ਚਾਹੀਦੇ ਹਨ ਅਗਰ ਤੁਸੀਂ ਆਪਣੀ ਫੈਮਲੀ ਦੇ ਨਾਲ ਸ਼ਿਫਟ ਹੋਣਾ ਚਾਹੁੰਦੇ ਹੋ ਔਰ ਤੁਸੀਂ ਬੀ ਕੈਟਾਗਰੀ ਲਈ ਐਲੀਜੀਬਲ ਹੋ ਤਾਂ ਤੁਹਾਡਾ ਜੋ ਮੇਨ ਐਪਲੀਕੈਂਟ ਹੈ ਮੇਨ ਐਪਲੀਕੈਂਟ ਨੂੰ ਵਰਕ ਪਰਮਿਟ ਮਿਲੇਗਾ ਅਤੇ ਤੁਹਾਡੇ ਸਪਾਊਸ ਨੂੰ ਓਪਨ ਵਰਕ ਪਰਮਿਟ ਅਤੇ ਤੁਹਾਡੇ ਬੱਚਿਆਂ ਨੂੰ ਸਕੂਲਿੰਗ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਮਿਲੇਗਾ ਔਰ ਤੁਸੀਂ ਇਕੱਠੇ ਅਪਲਾਈ ਵੀ ਕਰ ਸਕਦੇ ਹੋ ਜੇ ਆਪਾਂ ਹੁਣ ਗੱਲ ਕਰੀਏ ਸੀ ਕੈਟਾਗਰੀ ਦੀ ਸੀ ਕੈਟਾਗਰੀ ਦੇ ਵਿੱਚ ਤੁਸੀਂ ਤੁਹਾਡੀ ਕੁਆਲੀਫਿਕੇਸ਼ਨ +2 ਹੋਣੀ ਜ਼ਰੂਰੀ ਹੈ ਨਾਲ ਤੁਹਾਨੂੰ ਖੇਤੀ ਦਾ ਤਜਰਬਾ ਹੋਣਾ ਜ਼ਰੂਰੀ ਹੈ ਜਾਂ ਖੇਤੀ ਦੇ ਨਾਲ ਲੱਗਦੇ ਜਿੰਨੇ ਵੀ ਕਿੱਤੇ ਆ ਤੁਹਾਡਾ ਉਹਦਾ ਤਜਰਬਾ ਜ਼ਰੂਰੀ ਹੈ ਜਿਹਨੂੰ ਅਸੀਂ ਫਾਰਮ ਵਰਕਰ ਵੀ ਕਹਿੰਦੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਤੁਹਾਨੂੰ ਆਇਲਸ ਦੀ ਜ਼ਰੂਰਤ ਨਹੀਂ ਹੁੰਦੀ ਵਿਦਾਊਟ ਆਇਲਸ ਹੀ ਹੋ ਜਾਂਦਾ ਹੈ ਇੱਕ ਗੱਲ ਯਾਦ ਰੱਖਿਓ ਦੋਸਤੋ ਕੋਈ ਵੀ ਵਰਕ ਪਰਮਿਟ ਵਿਦਾਊਟ ਜੋਬ ਆਫਰ ਲੈਟਰ ਤੋਂ ਨਹੀਂ ਹੁੰਦਾ ਔਰ ਵਰਕ ਪਰਮਿਟ ਲੱਗਦਾ ਕਿਵੇਂ ਹੈ ਆਪਾਂ ਹੁਣ ਇਸ ਵਿੱਚ ਗੱਲ ਕਰਦੇ ਹਾਂ ਕੋਈ ਵੀ ਛੋਟਾ ਮੋਟਾ ਇੰਪਲੋਇਰ ਜਿਸ ਕੋਲ 4 ਤੋਂ 5 ਬੰਦੇ ਪਿਛਲੇ 3 ਸਾਲਾਂ ਤੋਂ ਜੋਬ ਕਰ ਰਹੇ ਆ ਉਹ ਜੋਬ ਆਫਰ ਲੈਟਰ ਇਸ਼ੂ ਕਰ ਸਕਦਾ ਮਤਲਬ ਤੁਹਾਨੂੰ ਸੱਦਾ ਦੇ ਸਕਦਾ ਦੋਸਤੋ ਇਹ ਪ੍ਰੋਸੈਸ ਚੱਲਦਾ ਕਿਵੇਂ ਹੈ ਇੰਪਲੋਇਰ ਨੂੰ ਆਪਣੇ ਲੋਕਲ ਅਖਬਾਰ ਵਿੱਚ ਪਹਿਲਾਂ ਉੱਥੇ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ ਕਿ ਮੈਨੂੰ ਇੰਪਲੋਈਜ਼ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਰਾਈਟ ਬਣਦਾ ਹੈ ਕੈਨੇਡੀਅਨ ਸਿਟੀਜ਼ਨ ਦਾ ਉੱਥੇ ਦੀ ਪ੍ਰੈਫਰੈਂਸ ਕੈਨੇਡੀਅਨ ਸਿਟੀਜ਼ਨ ਨੂੰ ਪਹਿਲਾਂ ਦਿੱਤੀ ਜਾਂਦੀ ਹੈ ਅਗਰ ਉਸ ਇਸ਼ਤਿਹਾਰ ਦੇ ਦੌਰਾਨ ਉਸ ਨੂੰ ਕੋਈ ਕੈਨੇਡੀਅਨ ਸਿਟੀਜ਼ਨ ਨਹੀਂ ਅਪਰੋਚ ਕਰਦਾ ਤਾਂ ਉਸ ਉਹ ਦੂਸਰੀ ਕੰਟਰੀ ਤੋਂ ਬਾਹਰੋਂ ਬੰਦਾ ਬੁਲਾ ਸਕਦਾ ਤੁਹਾਨੂੰ ਸੱਦਾ ਦੇ ਸਕਦਾ ਫਿਰ ਉੱਥੇ ਇੱਕ ਡਿਪਾਰਟਮੈਂਟ ਹੈ HR ਡਿਪਾਰਟਮੈਂਟ ਹਿਊਮਨ ਰਿਸੋਰਸ ਡਿਪਾਰਟਮੈਂਟ ਉਸ ਇੰਪਲੋਇਰ ਨੂੰ ਫਿਰ ਉਸ ਡਿਪਾਰਟਮੈਂਟ ਵਿੱਚ ਜਾਣਾ ਪੈਂਦਾ ਹੈ ਉੱਥੇ ਦੱਸਣਾ ਪੈਂਦਾ ਹੈ ਕਿ ਮੈਂ ਐਡ ਦਿੱਤੀ ਸੀ ਅਤੇ ਮੈਨੂੰ ਇੱਥੇ ਲੋਕਲ ਇੰਪਲੋਇਰ ਨਹੀਂ ਇੰਪਲੋਈ ਨਹੀਂ ਮਿਲਿਆ ਅਤੇ ਮੈਂ ਹੁਣ ਆਊਟ ਆਫ ਕੰਟਰੀ ਇੰਪਲੋਈ ਸੱਦਣਾ ਚਾਹੁੰਦਾ ਦੋਸਤੋ ਫਿਰ HR ਡਿਪਾਰਟਮੈਂਟ ਉਸ ਇੰਪਲੋਇਰ ਦੇ ਸਾਰੇ 3 ਸਾਲਾਂ ਦੇ ਫਾਈਨੈਂਸ਼ੀਅਲ ਦੇਖਦਾ ਹੈ ਉਹ ਦੇਖਦਾ ਹੈ ਜੋ ਇੰਪਲੋਈ ਇਸ ਕੋਲ ਕੰਮ ਕਰ ਰਹੇ ਹਨ ਉਹਨਾਂ ਨੂੰ ਪ੍ਰੋਪਰ ਟਾਈਮ 'ਤੇ ਸੈਲਰੀ ਜਾ ਰਹੀ ਹੈ ਜਾਂ ਜਿਸ ਨੂੰ ਇਹ ਸੱਦਣਾ ਚਾਹੁੰਦਾ ਹੈ ਉਸ ਨੂੰ ਸੈਲਰੀ ਦੇ ਸਕਦਾ ਹੈ ਇਹ ਸਾਰੇ ਡਾਕੂਮੈਂਟਸ ਦੇਣ ਤੋਂ ਬਾਅਦ ਫਿਰ ਇਹ ਡਿਪਾਰਟਮੈਂਟ ਲੀਮੀਆਂ ਇਸ਼ੂ ਕਰਦਾ ਹੈ ਇੰਪਲੋਈ ਦਾ ਨਾਮ ਵਿੱਚ ਪਾ ਕੇ ਫਿਰ ਤੁਸੀਂ ਇਹ ਆਪਣੇ ਡਾਕੂਮੈਂਟਸ ਲਗਾ ਸਕਦੇ ਹੋ ਜਿਸ ਨਾਲ ਤੁਹਾਡਾ ਵਰਕ ਪਰਮਿਟ ਪੈਂਦਾ ਹੈ ਔਰ ਇਹ ਹੈ ਸਾਰਾ ਪ੍ਰੋਸੈਸ ਦੋਸਤੋ ਜੇ ਆਪਾਂ ਗੱਲ ਕਰੀਏ ਹੁਣ ਕੋਸਟ ਦੀ ਅਗਰ ਤੁਸੀਂ ਯੂਨੀਕ ਇੰਪਲੋਈ ਹੋ ਅਗਰ ਇੰਪਲੋਇਰ ਨੂੰ ਬਹੁਤ ਤੁਹਾਡੀ ਬਹੁਤ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਫ੍ਰੀ ਆਫ ਕੋਸਟ ਵੀ ਲੀਮੀਆਂ ਦੇ ਸਕਦਾ ਹੈ ਲੀਮੀਆਂ ਦੀ ਐਕਚੁਅਲ ਕੋਸਟ ਜੋ ਹੈ ਉਹ 5 ਤੋਂ 7 ਹਜ਼ਾਰ ਕੈਨੇਡੀਅਨ ਡਾਲਰ ਆਉਂਦੀ ਹੈ ਤਕਰੀਬਨ 3 ਤੋਂ 5 ਲੱਖ ਇੰਡੀਅਨ ਕਰੰਸੀ ਜੇ ਕਿਸੇ ਇੰਪਲੋਇਰ ਨੂੰ ਤੁਹਾਡੀ ਬਹੁਤ ਖਾਸ ਜ਼ਰੂਰਤ ਹੈ ਉਸਨੂੰ ਇੱਕ ਤੁਹਾਡੇ ਵਰਗਾ ਯੂਨੀਕ ਇੰਪਲੋਈ ਚਾਹੀਦਾ ਹੈ ਤਾਂ ਉਹ ਇਹ ਕੋਸਟ ਆਪਣੀ ਪੋਕਿਟ 'ਚੋਂ ਵੀ ਲਗਾ ਸਕਦਾ ਹੈ ਈਵਨ ਕਿ ਤੁਹਾਨੂੰ ਟਿਕਟ ਵੀ ਇਸ਼ੂ ਕਰ ਸਕਦਾ ਹੈ ਆਫਰ ਕਰ ਸਕਦਾ ਹੈ ਔਰ ਤੁਹਾਨੂੰ ਇਸ ਤਰ੍ਹਾਂ ਦੀ ਲੀਮੀਆਂ ਖੁਦ ਲੱਭਣੀ ਪੈਂਦੀ ਹੈ ਤੁਹਾਨੂੰ ਆਪਣਾ CV ਅਲੱਗ ਅਲੱਗ ਵੈਬਸਾਈਟ 'ਤੇ ਅਪਲੋਡ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਵੈਬਸਾਈਟਸ ਨੇ ਜੋ ਤੁਹਾਨੂੰ ਕੈਨੇਡਾ ਦੇ ਵਿੱਚ ਇੰਪਲੋਇਰ ਲੱਭਣ ਵਿੱਚ ਮਦਦ ਕਰਦੀਆਂ ਹਨ ਬਟ ਇਸ ਵਿੱਚ ਤੁਹਾਡੀ ਆਪਣੀ ਬਹੁਤ ਮਿਹਨਤ ਲੱਗਦੀ ਹੈ ਅਗਰ ਤੁਸੀਂ ਯੂਨੀਕ ਇੰਪਲੋਈ ਨਹੀਂ ਹੋ ਤਾਂ ਤੁਹਾਨੂੰ ਇਹ ਲੀਮੀਆਂ ਪਰਚੇਜ਼ ਕਰਨੀ ਹੀ ਪਵੇਗੀ ਅਗਰ ਤੁਹਾਨੂੰ ਕੋਈ ਇੰਪਲੋਇਰ ਜਾਣਦਾ ਹੈ ਤੁਹਾਡਾ ਰਿਸ਼ਤੇਦਾਰ ਹੈ ਜਾਂ ਦੋਸਤ ਹੈ ਤਾਂ ਤੁਹਾਨੂੰ ਘੱਟ ਪੈਸਿਆਂ ਵਿੱਚ ਪੈ ਜਾਏਗੀ ਅਗਰ ਤੁਹਾਨੂੰ ਨਹੀਂ ਜਾਣਦਾ ਤਾਂ ਤੁਹਾਨੂੰ ਪੂਰਾ ਖਰਚਾ ਕਰਨਾ ਪਵੇਗਾ ਲੀਮੀਆਂ ਦੀ ਕੋਸਟ ਅਲੱਗ ਅਲੱਗ ਹੈ ਅਸਲ ਵਿੱਚ ਇਨ ਕੈਨੇਡਾ ਲੀਮੀਆਂ ਦੀ ਡਿਮਾਂਡ ਬਹੁਤ ਹੈ
क्योंकि हर साल कैनेडा दे विच 4 to 5 lakh स्टूडेंट पढ़न लिए आउंदा है अते सारे स्टूडेंट ज़्यादातर स्टूडेंट जो है डिप्लोमा दे बेस ते पढ़ते हैं। डिप्लोमा करन तो बाद कई बार उन्होंने PR वास्ते लीमिया लैनी पैंदी है, इसलिए इन कैनेडा बहुत हैवी डिमांड रहिंदी है लीमिया की, इस करके इसकी कॉस्ट बहुत ज़्यादा हो जाती है। तुसी सुनिया होना है कैनेडा विच ड्राइवर की लोड़ है, कुक की लोड़ है, फार्म वर्कर की लोड़ है, 20-50 हज़ार पहले दे दो, बाकी सारे पैसे थानू थोड़ी तनखाह विचों प्रति महीना कट्टे जाएंगे। दोस्तों इस तरह नहीं हुंदा, ये बिल्कुल ही इलीगल है, कभी भी कोई इंप्लॉयर इस तरह नहीं कर सकता, कैनेडियन लॉ अकॉर्डिंग ये इनलीगल है। तो जिन्ना हो सके उन्ना ठगी ठोरी तो बचो, अवेयर होवो, जो सही रास्ता है वह चूज़ करो, ठगी ठोरी तो जिन्ना बचा जा सकता उन्ना बचो। तुसी जिस कैटेगरी विच एलिजिबल हो उसी कैटेगरी विच फाइल लगाओ, पैसे जरूर ज़्यादा लगते हैं पर डिपेंड करता है कि थोड़े इंप्लॉयर की डिमांड कितनी है। दोस्तों एक बार फिर मेरी रिक्वेस्ट है, ठग लोगों तो बचो, अवेयर रहो, अगर वर्क परमिट के बारे तुसी कोई जानना चाहते हो तो एक बार अपने लैवल पर पड़ताल पूरी जरूर कर लो। उम्मीद करता कि मेरी ये वीडियो थोड़े जरूर काम आएगी, थानू जरूर पसंद आएगी, साडा चैनल सबसक्राइब जरूर करना, शेयर जरूर करना, साडा फेसबुक पेज जरूर लाइक करना, बहुत बहुत धन्यवाद, सत श्री अकाल। अपना सुपना करो साकार प्रोवाइडर्स दे नाल, सारे पैसे वीजा लगन तो बाद, नो वीजा नो फीस, प्रोवाइडर्स ओवरसीज कंसल्टेंट्स प्राइवेट लिमिटेड मोहाली, कॉन्टैक्ट नाउ 9066800004।